ਜਮਾਤ ਇੱਕੀ ਵਿਸ਼ਾ ਗਣਿਤ। ਵੱਧਦੇ ਕ੍ਰਮ ਵਿੱਚ ਲਿਖੋ। ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖਣ ਲਈ ਛੋਟੀ ਸੰਖਿਆ ਤੋਂ ਸ਼ੁਰੂ ਕਰਕੇ ਵੱਡੀ ਸੰਖਿਆ ਵੱਲ ਨੂੰ ਲਿਖਿਆ ਜਾਂਦਾ ਹੈ। ਜਿਵੇਂ ਪਹਿਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 100, 200, 400, 600, 900। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 322, 475, 605, 715, 805। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵਾਧਾ ਕ੍ਰਮ ਹੈ 169, 299, 359, 479, 539। ਅਗਲੇ ਸਵਾਲ ਦੀਆਂ ਦਿੱਤੀਆਂ ਸੰਖਿਆਵਾਂ ਦਾ ਵਾਧਾ ਕ੍ਰਮ ਹੈ 119, 308, 426, 511, 820। ਘਟਦੇ ਕ੍ਰਮ ਵਿੱਚ ਲਿਖੋ। ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖਣ ਲਈ ਵੱਡੀ ਸੰਖਿਆ ਤੋਂ ਸ਼ੁਰੂ ਕਰਕੇ ਛੋਟੀ ਸੰਖਿਆ ਵੱਲ ਨੂੰ ਲਿਖਿਆ ਜਾਂਦਾ ਹੈ। ਪਹਿਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 810, 751, 715, 690, 418। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 724, 673, 422, 306, 86। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 972, 949, 740, 704, 384। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 865, 764,
467 359 ਅਗਲਾ ਸਵਾਲ ਵੱਧਦੇ ਕ੍ਰਮ ਵਿੱਚ ਲਿਖੋ। ਪਹਿਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 525, 575, 700। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 307, 331, 340। ਅਗਲੇ ਸਵਾਲ ਦੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 403, 440, 473। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 716, 721, 785। ਅਗਲੇ ਸਵਾਲ ਦੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 202, 222, 227। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ 120, 150, 175। ਘਟਦੇ ਕ੍ਰਮ ਵਿੱਚ ਲਿਖੋ। ਪਹਿਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 545, 520, 515। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 109, 107, 103। ਅਗਲੇ ਸਵਾਲ ਦੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 260, 216, 206। ਅਗਲੇ ਸਵਾਲ ਵਿੱਚ ਦਿੱਤੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 435, 418, 407। ਅਗਲੇ ਸਵਾਲ ਦੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 515, 337, 218। ਅਗਲੇ ਸਵਾਲ ਦੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਹੈ 928, 375,
357।